ਸ਼ਾਹ ਸਾਹਿਬ ਦੀ ਆਵਾਜ਼ ਬਹੁਤ ਬੁਲੰਦ ਹੁੰਦੀ ਹੈ, ਬਲਕਿ ਇੱਥੋਂ ਤੱਕ ਕਿ ਇੱਥੇ ਸੜਕ ਤਾਂ ਨਿਕਲੀ ਹੈ ਅਤੇ ਇੱਥੇ ਆਵਾਜ਼ ਆਉਣ ਲੱਗ ਪਾਉਂਦੀ ਹੈ ਸ਼ਾਹ ਸਾਹਿਬ ਦੀ ਮਾਤ ਪਰ ਅੱਲਾਹੁ ਅਕਬਰ ਇਤਨਾ ਉੱਚਾ ਕਰਦੇ। ਜੀ ਉਹ ਸ਼ਾਹ ਸਾਹਿਬ ਦੇ ਜ਼ਮਾਨੇ 'ਤੇ ਕੁਝ ਬੰਦੇ ਆਏ ਸਨ, ਪਤਾ ਨਹੀਂ ਕਿਹੜੇ ਪਿੰਡ ਦੇ ਆ, ਉਹ ਮਸਲਾ ਪੁੱਛਣ। ਸ਼ਾਹ ਸਾਹਿਬ ਰਹਿਮਤੁੱਲਾ ਅਲੈਹ ਫਰਮਾਇਆ ਮੌਲਵੀ ਵੱਡਿਆਂ ਨੂੰ, ਮੌਲਵੀ ਫਲਾਣੀ ਕਿਤਾਬ ਦਾ ਫਲਾਣਾ ਸਫ਼ਾ ਕੱਢੋ ਨਾ। ਉਹ ਮੌਲਵੀ ਕੱਢਿਆ ਤੂੰ ਨਾ ਪੜ੍ਹ ਕੇ ਸਫ਼ਾ ਸਾਰਾ। ਉਹਨੇ ਆਖਿਆ ਜੀ ਇੱਥੇ ਤਾਂ ਕੋਈ ਨਹੀਂ ਹੈ ਮਸਲਾ। ਸ਼ਾਹ ਸਾਹਿਬ ਫਰਮਾਇਆ ਹੱਦ ਹੋ ਗਈ ਮੌਲਵੀ, ਇੱਥੋਂ ਨਾ ਤੱਕਦੇ। ਸ਼ਾਹ ਸਾਹਿਬ ਜਿੱਥੇ ਹੱਥ ਦਰਿਆ ਉੱਥੇ ਮਸਲਾ ਸੀ। ਉਹ ਫਿਰ ਆਖਿਆ ਹਾਂ ਜੀ ਇੱਥੇ ਹੀ ਮਸਲਾ, ਇੱਥੇ ਹੀ। ਉਹ ਮਸਲਾ ਪੜ੍ਹ ਕੇ ਫਿਰ ਉਹਨਾਂ ਬੰਦਿਆਂ ਨੂੰ ਦੱਸਿਆ। ਮੈਂ ਤਕਰੀਬਨ 44-45 ਤੋਂ ਜਾਣ ਲੱਗਾ ਜੀ। ਸ਼ਾਹ ਸਾਹਿਬ ਰਹਿਮਤੁੱਲਾ ਅਲੈਹ ਪਹਿਲਾਂ ਸਾਡੇ ਹਰ ਪ੍ਰੋਗਰਾਮ ਸਕੂਲ ਦੇ ਵਿੱਚ ਤਸ਼ਰੀਫ ਲੈ ਜਾਂਦੇ ਆ, ਜਾਂ ਕੋਈ ਪ੍ਰੋਗਰਾਮ ਹੋਵੇ ਆਪ ਹੀ ਤੁਰ ਜਾਂਦੇ ਸਨ ਬੁਲਾਇਆ। ਖੁਦ ਉਸ ਵਕਤ ਸਾਹਿਬਜ਼ਾਦੇ ਤਾਂ ਛੁੱਟਿਆ ਹੈ ਨਾ, ਸ਼ਾਹ ਸਾਹਿਬ ਰਹਿਮਤੁੱਲਾ ਅਲੈਹ ਆਪ ਹੀ ਤਸ਼ਰੀਫ ਲੈ ਜਾਂਦੇ ਆ। ਸ਼ਾਹ ਸਾਹਿਬ ਰਹਿਮਤੁੱਲਾ ਅਲੈਹ ਮੈਂ ਵੈਸੇ ਕਈ ਦਫ਼ਾ ਅਰਜ਼ ਕੀਤਾ ਸੀ, ਸ਼ਾਹ ਸਾਹਿਬ ਰਹਿਮਤੁੱਲਾ ਅਲੈਹ ਮੈਂ ਬੈਤ ਨਾ ਕਰਦੇ। ਫਿਰ ਆਖਣਾ ਅੱਛਾ ਕੱਲ੍ਹ ਆਵਿਆ ਜੀ, ਕੱਲ੍ਹ ਆਵਿਆ ਜੀ। ਕਈ ਦਫ਼ਾ ਇੰਝ ਹੋਇਆ ਅਤੇ ਫਿਰ ਇੱਕ ਦਿਨ ਮੈਂ ਕੋਈ ਲਫ਼ਜ਼ ਦੱਸਿਆ ਨਾ ਜਿਹੜਾ ਰਾਤੀ ਮੈਂ ਪੜ੍ਹੇ, ਅਤੇ ਮੈਨੂੰ ਉਹਦੇ 'ਚ ਖਵਾਬ ਆਏ। ਖਵਾਬ ਇਸ ਤਰ੍ਹਾਂ ਆਈ ਕਿ ਮੈਂ ਸੜਕ ਲੱਗਾ ਜਾਂਦਾ ਅਤੇ ਅੱਗੇ ਹਫ਼ਜ਼ ਰਾਮੇ ਹੋਰੀ ਜਿਹੜੇ ਨੇ ਉਹ ਲੱਗੇ ਜਾਂਦੇ ਸਨ, ਉਹ ਲਿਜਾਣੇ ਆਇਆ ਹਫ਼ਜ਼ ਰਾਮੇ ਹੋਰੀ, ਉਹ ਸੜਕੇ ਪੱਕੀ ਲੱਗੇ ਜਾਣਾ। ਅਤੇ ਅੱਗੋਂ ਸੜਕ ਤੋਂ ਸਿਰ ਮੈਂ ਲੱਥਾ ਨਾ, ਮੈਂ ਆਖਿਆ ਸ਼ਾਹ ਸਾਹਿਬ ਨੇ, ਉਹ ਸ਼ਾਹ ਸਾਹਿਬ ਉੱਥੇ ਮੈਂ ਸੜਕੋਂ ਪੱਕੀ ਲੈ ਕੇ ਅਤੇ ਅੱਗੇ ਰੜੀ ਉੱਤੇ ਪਾਣੀ ਸੀ ਖੜਾ ਆਇਆ, ਉੱਥੇ ਮੈਂ ਖਲੋ ਗਿਆ। ਸ਼ਾਹ ਸਾਹਿਬ ਫਰਮਾਇਆ ਕਿਉਂ ਖਲੋ ਗਏ? ਮੈਂ ਆਖਿਆ ਜੀ ਅੱਗੇ ਚਿੱਕੜ ਹੈ, ਅਗਰ ਤੁਸੀਂ ਪਿੱਛੇ ਹੋ ਜਾਓ। ਉਹ ਮੈਂ ਪਿੱਛੇ ਪਿੱਛੇ ਹੋ ਗਿਆ, ਸ਼ਾਹ ਸਾਹਿਬ ਅੱਗੇ ਅੱਗੇ ਲੱਗ ਗਿਆ, ਮੈਂ ਮਗਰ ਮਗਰ ਲੱਗ ਗਿਆ। ਉਦੋਂ ਫਿਰ ਮੈਨੂੰ ਬੈਤ ਮੈਨ ਕਰ ਲਿਆ, ਇਹ ਮੈਂ ਹੀ ਸ਼ੁਰੂ ਕੀਤੀ ਹੈ। ਉਹ ਸਾਈ ਮੱਲੇ ਹੋਏ ਹੁੰਦੇ ਆ ਨਾ ਸਕੂਲ 'ਚ, ਅਕਸਰ ਉਹ ਟੁਰ ਲੱਗ ਜਾਂਦੇ ਸਨ, ਉਹਨਾਂ ਦਾ ਬੜੀ ਮੁਹੱਬਤ ਸੀ ਮੇਰੇ ਨਾਲ ਵੀ, ਸਕੂਲ ਨਾਲ ਵੀ। ਅਤੇ ਉਹ ਗਏ ਇੱਕ ਦਿਨ ਅਤੇ ਮੈਂ ਅਰਜ਼ ਕੀਤੀ ਜੀ ਅਸੀਂ ਇੱਥੇ ਸਾਡੇ ਕੋਲ ਜਾ ਕੋਈ ਨਹੀਂ ਨਮਾਜ਼ ਪੜ੍ਹਨੇ, ਇੱਥੇ ਥੱਲੇ ਹੀ ਪੜ੍ਹਨੇ। ਉਸ ਵਕਤ ਇਸ ਲਾਈਨ 'ਚੋਂ ਚੜ੍ਹਦੇ ਵਾਲੇ ਮੈਂ ਦਫ਼ਤਰ ਤੋਂ ਜਾ ਖਾਲੀ ਹੁੰਦੇ ਸੀ, ਉੱਥੇ ਫੂਲ ਪਾ ਕੇ ਨਮਾਜ਼ ਪੜ੍ਹ ਲੈਂਦੇ ਸੀ। ਸ਼ਾਹ ਸਾਹਿਬ ਰਹਿਮਤੁੱਲਾ ਲੈ ਨਾ ਉਹਨਾਂ ਜਿਹੜੇ ਸੈਮ ਬੱਲੇ ਹੋਈ ਉਹਨਾਂ ਉਹ ਇਹ ਸਨ ਜਗ੍ਹਾ ਲੈ ਦਿੱਤੀ ਉਹਨਾਂ ਕੋਲੋਂ, ਰਾਜਿਆਂ ਕੋਲੋਂ, ਦਾਦੂ ਕੇ ਕੋਲ। ਅਤੇ ਉਹਨਾਂ ਫਰਮਾਇਆ ਤੁਸੀਂ ਇੱਥੇ ਮਸਜਿਦ ਬਣਾ ਲਓ। ਉਹ ਮਸਜਿਦ ਦੀ ਬੁਨਿਆਦ ਵੀ ਉਹਨੇ ਹੀ ਰੱਖੀ ਅਤੇ ਪੈਸੇ ਉਹਨੇ ਹੀ ਦਿੱਤੇ, ਉਹਦੇ ਨਾਲ ਫਿਰ ਅਸਾਂ ਮਸਜਿਦ ਬਣਾਈ। ਅਗਲਾ ਆਹਿਸਤਾ ਆਹਿਸਤਾ ਮਸਜਿਦ ਬਣਦੀ, ਉਹ ਜਾਣ ਜਾਂਦੇ ਸਨ ਨਾ ਅਤੇ ਅੱਲ ਬਾਈ ਇਹ ਅੱਲ ਹੈ, ਕੋਈ ਤੂੰ ਵੀ ਕਰਨਾ। ਮੈਂ ਆਖਣਾ ਕੋਈ ਤੂੰ ਵੀ ਕੀਤਾ ਕਰਨਾ, ਮੁੜ ਮੈਨੂੰ ਪੈਸੇ ਦੇ ਆਉਣ, ਮੈਂ ਆਖਣਾ ਕੋਈ ਤੂੰ ਵੀ ਕੀਤਾ ਕਰ, ਪੈਸੇ ਉਹ ਹੀ ਦਿੰਦੇ ਹੈ। ਹੁਣ ਮਸਜਿਦ ਬਣ ਗਈ, ਰਾਜੇ ਉਹਨਾਂ ਦੀ ਬਵੰਦੇ ਨੇ ਜਿਉਂ ਰਾਜੇ ਦੇ ਪੀਰ ਵੀ ਹੈ ਨਾ, ਅਤੇ ਉਹਨਾਂ ਫਿਰ ਰਾਜਿਆਂ ਸਾਰੀ ਉਹ ਜ਼ਮੀਨ ਦੇ ਛੱਡੀ ਟੁੱਟੀ, ਉੱਥੇ ਅਸਾਂ ਮਸਜਿਦ ਬਣਾ ਲਈ। ਬਾਅਦ ਵਿੱਚ ਉੱਥੇ ਮਸਜਿਦ ਲੱਗੀ ਆਉਂਦੀ ਅਜੇ ਤੱਕ, ਮੁਕੰਮਲ ਹੋ ਗਈ। ਅਸਲੀ ਤਾਂ ਮਹਿਫੂਜ਼ ਸਾਹਿਬ ਵੀ ਪੜ੍ਹਿਆ, ਦੂਸਰੇ ਪੀਰ ਅਨਵਾਰ ਵੀ ਕੋਈ ਥੋੜ੍ਹਾ ਬਾਲੇ ਪੜ੍ਹਿਆ, ਵੱਡੇ ਥੋੜ੍ਹਾ ਜਿਹਾ ਮਦਰ ਕਯੂਮ ਅਤੇ ਆਏ ਵੱਡੇ ਡੜੇ, ਉਹਨਾਂ ਕੋਲ ਸੀ ਪੜ੍ਹਿਆ ਮੇਰੇ ਕੋਲ। ਅਸਲੀ ਮਹਿਫੂਜ਼ ਸਾਹਿਬ ਵੀ ਮੇਰੇ ਕੋਲ ਜ਼ਿਆਦਾ ਪੜ੍ਹਿਆ, 8ਵੀਂ 'ਚ ਵੀ ਰਾਤੀ ਇੱਥੇ ਮੇਰੇ ਕੋਲ ਰਹਿੰਦੇ ਸਨ ਅਤੇ 10ਵੀਂ 'ਚ ਵੀ ਫਿਰ ਇੱਥੇ ਹੀ ਰਹਿੰਦੇ ਸਨ, 12ਵੀਂ 'ਚ ਫਿਰ ਇੱਥੇ ਰਹਿੰਦੇ ਪੜ੍ਹਦੇ ਉਹ ਰਹਿਣ ਬਾਰ ਬਾਰ। ਸਾਰੀਆਂ ਜ਼ਬਾਨਾਂ ਦੀਆਂ ਆਈਆਂ ਜਿਹੜੀਆਂ ਕੋਈ ਕੋਈ ਪੰਜਾਬੀ 'ਚ ਇਸ਼ਾਰ ਹੀ ਕਰਦੇ ਆ, ਢੁੱਲੀ ਜਿਹੀ ਬੋਲੀ ਹੈ ਉਹਨਾਂ ਦੀ, ਪੰਜਾਬੀ, ਉਰਦੂ, ਫਾਰਸੀ ਅਤੇ ਪਸ਼ਤੋ, ਇਸ ਤਰ੍ਹਾਂ ਕਈ ਜ਼ਬਾਨਾਂ 'ਚ ਆਈ। ਉਹ ਇਸ਼ਾਰੀ ਹੈ ਬੁੱਢੇ ਜਿਹੇ, ਅਤੇ ਉਹ ਆਦੇ ਜਦੋਂ ਖੰਘ ਖੋੜਾ ਵੱਜੇ ਕੁੱਤਾ ਬਣਿਆ ਦਾਰ ਦਾ। ਪਹਿਲੀ ਉਮਰ 'ਚ ਬੇਰੁਜ਼ਗਾਰੀ ਬੜੀ ਆਈ, ਮੈਂ ਉਸ ਵੇਲੇ ਜਿਹੜੇ BA ਦਾ ਇਹਨੇ ਕੋਰਸ ਬਣ ਗਿਆ ਸੀ, ਤਰੇ ਸਾਲਾ ਡਿਗਰੀ ਕੋਰਸ ਆ ਗਿਆ, ਮੈਂ ਫਿਰ ਪੜ੍ਹਨ ਛੱਡ ਦਿੱਤਾ FA ਕਰਕੇ, ਦਾਖਲਾ ਲਿਆ 3rd year ਵਿੱਚ ਅਤੇ ਛੱਡ ਦਿੱਤਾ। ਫਿਰ ਬਾਅਦ ਵਿੱਚ ਫਿਰ ਮੈਂ ਪ੍ਰਾਈਵੇਟ ਹੀ ਕੀਤਾ ਸੀ BA, BEd ਵੀ ਪ੍ਰਾਈਵੇਟ ਹੀ ਕੀਤਾ ਸੀ।
ਉਹ ਮੁਲਾਜ਼ਮਤ ਮੈਨੂੰ ਯਕੂਬ ਸ਼ਾਹ ਨੇ ਲੈ ਦਿੱਤੀ ਹੈ ਪਾਲੀਆ ਦਾ ਮੈਂ ਹਰ ਜਿਵੇਂ ਉੱਥੇ ਟੁੱਟ ਜਾਂਦਾ ਸਾ ਜਾ ਕੇ ਜਮਾਂ ਪੜ੍ਹਨਾ ਮੁੜ ਮੈਂ ਆਖਦੇ ਆ ਕੇ ਸ਼ਾਹ ਜੀ ਮੈਂ ਘਰੋਂ ਬੜਾ ਔਖਾ ਹੀ ਆ ਮੈਂ ਕਦੇ ਇੱਥੇ ਬਰਤੀ ਕਰਾ ਲਓ ਯਾ ਮੈਂ ਇੱਥੇ ਫਾਲੀਆ ਮਸਜਿਦ 'ਚ ਕੋਈ ਕੰਮ ਲਾ ਲਓ ਸ਼ਾਹ ਸਾਹਿਬ ਫਰਮਾਇਆ ਰੋਜ ਨੇ ਕਰਾਉਣਾ ਪੁੱਤਰ ਗੱਲਾਂ ਕਰ ਕਰਨਾ ਮੈਂ ਔਖਾ ਬੜਾ ਜਿਗਾਰ ਉਹ ਉੱਠ ਕੇ ਜਮੇ ਤੋਂ ਬਾਅਦ ਮੇਰੇ ਨਾਲ ਲੱਗੇ ਗਏ ਤਾਂ ਉੱਥੇ ਸ਼ਾਹਰੀਆ ਜੋਹਰੀਆਂ ਦੇ ਇਹ ਉਹ ਇਹ ਹੀ ਹੋਇਆ ਉੱਥੇ ਹੁਣ ਜਾ ਕੇ ਆਖਿਆ ਸ਼ਾਹ ਜੀ ਆਹ ਬੰਦਾ ਜਿਹੜਾ ਇਹਨਾਂ ਨੂੰ ਮੁਲਾਜ਼ਮ ਕਰਨਾ ਕਦੇ ਤੁਸੀਂ ਜਿੱਥੇ ਜਾ ਬਣੀ ਹੋ ਉੱਥੇ ਵਰਤੀ ਕਰ ਲਓ ਯਾਰ ਉਹ ਮੈਂ ਕਿਹਾ ਜ਼ਰੂਰ ਇਨਸ਼ਾਅੱਲਾ ਕਰ ਸਕਦਾ ਉਹ ਕੁਦਰਤੀ ਫਿਰ ਹਿਸਾਬ ਇਹਦਾ ਲੱਗਾ ਜੇ ਉਹ ਨਾ ਇੱਥੇ ਕੁੱਠੇ ਵਾਲੇ ਮੈਰੇ ਉੱਤੇ ਉੱਡੀ ਉਹ ਵੀ ਨਾਲ ਤੋਂ ਸ਼ਾਹਰੀ ਵੀ ਨਾਲ ਉਹ ਆ ਗਏ ਸ਼ਿਕਾਰ ਖੇਡਣ ਇੱਥੇ ਆ ਕੇ ਉਹ ਲਿਖ ਕੇ ਮੈਨੂੰ ਆਰਡਰ ਬੁਸਾਰਾ ਦਾ ਦੇ ਗਏ ਉਹ ਤੁਸੀਂ ਬੁਸਾਰੇ ਹਾਜ਼ਰ ਹੋ ਜਾਓ ਜਾ ਕੇ ਅਤੇ ਉੱਥੇ ਮੈਂ ਟੀਚਰ ਪੜ੍ਹਨ ਲੱਗਾ ਬੁਸਾਰੀ ਫਿਰ ਮੈਂ ਉੱਥੋਂ ਛੱਡ ਕੇ ਕੋਰਸ ਕਰਤੇ ਫਿਰ ਚਿਤਾਲੀ ਚੱਕ ਲੱਗਾ ਫਿਰ ਵਿੱਖੀ ਆ ਗਿਆ ਵਿੱਖੀ ਤਾਂ ਮੁੱਤਾਂ ਹੀ ਰਿਹਾ ਮੈਂ ਸੰਨ 65 'ਚੋਂ ਆਇਆ ਅਤੇ ਇੱਥੇ ਰਿਟਾਇਰ ਹੋਇਆ ਫਿਰ